पिंड सिद्धवां विच गुड़का साहब की बेअदबी करन वाला भी निकलिया व्यक्ति अमृतधारी सिंह। बीते दिनी पिंड सिद्धवां विखे सुखमनी साहब के गुड़का साहब की बेअदबी करते हुए गुड़का साहब के अंग पाड़ के खाली जगह विच खिलार दिते गए सन। गुड़का साहब के अंग मिलन तो बाद सिख संगतां विच काफ़ी रोस की लहर पाई जा रही सी। इस नूं लै के थाना खालड़ा पुलिस वल्लों गुटका साहब की बेअदबी करने वाले व्यक्ति नूं काबू कर लिया गया है। इस संबंधी जानकारी देंदे हुए थाना खालड़ा के SHO लखविंदर सिंह ने जानकारी देंदे हुए दस्सिया कि 14 अक्तूबर नूं श्री सुखमनी साहब जी का गुटका साहब गुरद्वारा धन धन भाई जेठा जी के गुरद्वारा के सामने ग्राउंड विच पाड़ के खिलार दिता गया सी, जिस दे चलदिआं थाना खालड़ा पुलिस वल्लों 295A बेअदबी का मुकदमा दर्ज किया गया सी, जिस दी जांच दौरान पाया गया कि जसकरन सिंह पुत्र गुरमुख सिंह वासी लद्दूवाला ताड़ थाना वैरोगे जिला फाजिलका जो कि अपने परिवार समेत पिछले 4-5 महीने तो गुरद्वारा साहिब तन तन भाई जेठा जी विखे रह रहा सी, जिस नूं CCTV कैमरे की फुटेज के आधार से काबू करके पुछगिछ की गई। तो उक्त व्यक्ति ने मन्या कि वह भी एक अमृतधारी सिंह है और उसनों सुखनी साहब का पाठ नहीं सी आउंदा, जिस दे तैश विच आ के उसने गुटका साहब की बेअदबी करते हुए उसके अंग पाड़ के ग्राउंड विच खिलार दिते सन। SHO ने दस्या कि उक्त व्यक्ति ने अपना गुनाह कबूल कर लिया है, जिसनों अज पट्टी की अदालत विच पेश करके अगली कार्रवाई शुरू कर दी गई है। इस मौके उन्हें होर की क्या तुसी आप सुनो। 14-15-10-22 ਨੂੰ ਨਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਗੁਟਕਾ ਸਾਹਿਬ ਦੇ ਅੰਗ ਗੁਰਦੁਆਰਾ ਧੰਨ ਧੰਨ ਭਾਈ ਜੇਠਾ ਜੀ ਸ਼ਹੀਦ ਦੇ ਸਾਹਮਣੇ ਗਰਾਊਂਡ ਵਿੱਚ ਕਿਲੇ ਦੇ ਪਾਏ ਕੇ ਮਿਲੇ ਸੀ, ਜੋ ਇਸ ਸੰਬੰਧੀ ਨਾਮਲੂਮ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰਕੇ ਤਫਤੀਸ਼ ਸਮਝ ਚ ਲਿਆਉਂਦੀ ਸੀ। ਜੋ ਮੁਕੱਦਮਾ ਦੀ ਤਫਤੀਸ਼ ਮਾਣਯੋਗ SSP ਸਰਦਾਰ ਰਜੀਤ ਸਿੰਘ, IPS ਸੀਨੀਅਰ ਕਪਤਾਨ ਪੁਲਿਸ ਤਰਨਤਾਰਨ ਦੀਆਂ ਹਦਾਇਤਾਂ ਮੁਤਾਬਕ ਸ੍ਰੀ ਵਿਸ਼ਾਲਜੀਤ ਸਿੰਘ, PPS SP ਨਸ਼ੀਲ ਤਰਨਤਾਰਨ, ਸ੍ਰੀ ਪ੍ਰੀਤ ਇੰਦਰ ਸਿੰਘ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਭਿੱਖੀਵਿੰਡਾ ਦੀਆਂ ਦਿਸ਼ਾ ਨਿਰਦੇਸ਼ਾਂ ਹੇਠ ਮਨ SI SHO ਅਤੇ ASI ਕਰਮਜੀਤ ਸਿੰਘ ਥਾਣਾ ਖਾਲੜਾ ਵੱਲੋਂ ਸੱਚੇ ਢੰਗ ਨਾਲ ਅਮਲ ਚ ਲਿਆਂਦੀ ਗਈ। ਦੌਰਾਨੇ ਤਵੀਏ ਪਾਇਆ ਗਿਆ ਕਿ ਜਸਕਰਨ ਸਿੰਘ ਪੁੱਤਰ ਸੁਰਮੁਖ ਸਿੰਘ ਵਾਸੀ ਲੱਦੂਵਾਲਾ ਤਾੜ ਥਾਣਾ ਵੈਰੋਕੇ ਜ਼ਿਲ੍ਹਾ ਫਾਜ਼ਿਲਕਾ, ਜਿਹਦੇ ਪਰਿਵਾਰ ਦਾ ਪਿਛਲਾ ਪਿੰਡ ਸਿੱਧਵਾਂ ਜੋ ਕਰੀਬ 4-5 ਮਹੀਨੇ ਤੋਂ ਗੁਰਦੁਆਰਾ ਧੰਨ ਧੰਨ ਭਾਈ ਜੇਠਾ ਜੀ ਸ਼ਹੀਦ ਵਿਖੇ ਸੇਵਾ ਕਰਦਾ ਹੈ, ਜਿਸ ਨੂੰ ਟੈਕਨੀਕਲ ਆਧਾਰ ਤੇ CCTV ਕੈਮਰਿਆਂ ਦੀ ਫੁਟੇਜ ਨੂੰ ਵਾਚਨ ਉਪਰੰਤ ਮੁਕਦਮਾ ਉਕਤ ਵਿੱਚ ਦੋਸ਼ੀ ਨਾਮਜ਼ਦ ਕਰਕੇ ਮਿਤੀ 27-10-22 ਨੂੰ ਬੱਸ ਸਟੈਂਡ ਪਿੰਡ ਨਾਰਲਾ ਥਾਣਾ ਖਾਲੜਾ ਤੋਂ ਹਸਪਤਾਲ ਤੱਕ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਕੀਤੀ ਗਈ, ਦੌਰਾਨੇ ਪੁੱਛਗਿੱਛ ਉਸਨੇ ਆਪਣੇ ਜੁਰਮ ਨੂੰ ਕਬੂਲਿਆ ਹੈ, ਜਿਸ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ। सर एक देखा जा रहा है कि ये भी जिस बंदे ने किया कुछ किया ये भी अमृतधारी लग रहा है, बाणा पाया हुआ है, की इन्हे मन्या जी तुहाडे कोल की इन्हे क्या है कारण की रहा जी, कद तो इन्हे तैश विच आण के काम किया जी? इन्हे पुछगिछ नहीं दस्सिया कि ये जिहड़ा गुटका साहब है सुखमनी साहब दा पाठ मैनूं करना बड़ा औखा लगदा सी, पहिलां मैं जद्दी साहब दा पाठ करदा ਮੈਨੂੰ ਇਹ ਜ਼ੁਬਾਨੀ ਯਾਦ ਨਹੀਂ ਹੁੰਦਾ ਤੇ ਮੈਂ ਇਸ ਕਰਕੇ ਪਾਠ ਦੇ ਉੱਤੇ ਕਰਾਉਣੇ ਕਰਦੇ ਹਾਂ। ਇਹ ਇਕੱਲਾ ਹੀ ਕਿ ਹੋਰ ਵੀ ਨਾਲ ਨੇ? ਨਹੀਂ ਇਹ ਇਕੱਲੇ ਨਹੀਂ, ਤੁਹਾਨੂੰ ਬੋਲਿਆ ਹੋਰ ਕਿਸੇ ਦਾ ਨਾਮ ਨਹੀਂ ਪਤਾ, ਫਿਰ ਵੀ ਰਿਮਾਂਡ ਲੈ ਕੇ ਬਰੀਕੀ ਨਾਲ ਪੁੱਛ ਕੀਤੀ ਗਈ। ਮਾਣਯੋਗ SAP ਸਰਦਾਰ ਰਣਜੀਤ ਸਿੰਘ, IPS ਸੀਨੀਅਰ ਕਪਤਾਨ ਪੁਲਿਸ ਤਰਨਤਾਰਨ ਦੀਆਂ ਹਦਾਇਤਾਂ ਮੁਤਾਬਕ ਸ੍ਰੀ ਵਿਸ਼ਾਲਜੀਤ ਸਿੰਘ, PPS SP ਨਸ਼ੀਲ ਤਰਨਤਾਰਨ, ਸ੍ਰੀ ਪ੍ਰੀਤ ਇੰਦਰ ਸਿੰਘ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਭਿੱਖੀਵਿੰਡਾ ਦੀਆਂ ਦਿਸ਼ਾ ਨਿਰਦੇਸ਼ਾਂ ਹੇਠ ਮਨ SI SHO ਅਤੇ ASI ਕਰਮਜੀਤ ਸਿੰਘ ਥਾਣਾ ਖਾਲੜਾ ਵੱਲੋਂ ਸੱਚੇ ਢੰਗ ਨਾਲ ਅਮਲ ਚ ਲਿਆਂਦੀ ਗਈ। ਦੌਰਾਨੇ ਤਵੀਏ ਪਾਇਆ ਗਿਆ ਕਿ ਜਸਕਰਨ ਸਿੰਘ ਪੁੱਤਰ ਸੁਰਮੁਖ ਸਿੰਘ ਵਾਸੀ ਲੱਦੂਵਾਲਾ ਤਾੜ ਥਾਣਾ ਵੈਰੋਕੇ ਜ਼ਿਲ੍ਹਾ ਫਾਜ਼ਿਲਕਾ, ਜਿਹਦੇ ਪਰਿਵਾਰ ਦਾ ਪਿਛਲਾ ਪਿੰਡ ਸਿੱਧਵਾਂ ਜੋ ਕਰੀਬ 4-5 ਮਹੀਨੇ ਤੋਂ ਗੁਰਦੁਆਰਾ ਧੰਨ ਧੰਨ ਭਾਈ ਜੇਠਾ ਜੀ ਸ਼ਹੀਦ ਵਿਖੇ ਸੇਵਾ ਕਰਦਾ ਹੈ, ਜਿਸ ਨੂੰ ਟੈਕਨੀਕਲ ਆਧਾਰ ਤੇ CCTV ਕੈਮਰਿਆਂ ਦੀ ਫੁਟੇਜ ਨੂੰ ਵਾਚਨ ਉਪਰੰਤ ਮੁਕਦਮਾ ਉਕਤ ਵਿੱਚ ਦੋਸ਼ੀ ਨਾਮਜ਼ਦ ਕਰਕੇ ਮਿਤੀ 27-10-22 ਨੂੰ ਬੱਸ ਸਟੈਂਡ ਪਿੰਡ ਨਾਰਲਾ ਥਾਣਾ ਖਾਲੜਾ ਤੋਂ ਹਸਪਤਾਲ ਤੱਕ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਕੀਤੀ ਗਈ, ਦੌਰਾਨੇ ਪੁੱਛਗਿੱਛ ਉਸਨੇ ਆਪਣੇ ਜੁਰਮ ਨੂੰ ਕਬੂਲਿਆ ਹੈ, ਜਿਸ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।
सर एक देखा जा रहा है कि ये भी जिस बंदे ने किया कुछ किया ये भी अमरधारी लग रहा है बाणा पाया होया है की इन्हें मन्या जी तुहाडे कोल की इन्हें क्या है कारण की रहा जी कद तो इन्हें तैश विच आण के काम किया जी ਇਹਨੇ ਇਹ ਪੁੱਛਗਿਆ ਨਹੀਂ ਦੱਸਿਆ ਕਿ ਇਹ ਜਿਹੜਾ ਗੁਟਕਾ ਸਾਹਿਬ ਹੈ ਸੁਖਮਨੀ ਸਾਹਿਬ ਦਾ ਪਾਠ ਮੈਨੂੰ ਕਰਨਾ ਬੜਾ ਔਖਾ ਲੱਗਦਾ ਸੀ ਪਹਿਲਾਂ ਮੈਂ ਜਪੁਜੀ ਸਾਹਿਬ ਦਾ ਪਾਠ ਕਰਦਾ ਤੇ ਮੈਨੂੰ ਇਹ ਜ਼ੁਬਾਨੀ ਯਾਦ ਨਹੀਂ ਹੁੰਦਾ ਤੇ ਮੈਂ ਇਸ ਕਰਕੇ ਪਾਠ ਦੇ ਉੱਤੇ ਦੁਆਉਣੀ ਕਰਦੇ ਇਹ ਇਕੱਲਾ ਹੀ ਕਿ ਹੋਰ ਵੀ ਨਾਲ ਨੇ ਨਹੀਂ ਇਹ ਇਕੱਲਾ ਇਕੱਲੇ ਨੇ ਦੁਆਉਣੀ ਹੋਰ ਕਿਸੇ ਦਾ ਨਾਲ ਨਹੀਂ ਫਿਰ ਵੀ ਰਿਮਾਂਡ ਲੈ ਕੇ ਬਰੀਕੀ ਨਾਲ ਪੁੱਛ ਕੇ ਦਿੱਤਾ।